ਬੇਸਿਕਲੀ ਅਸੀਂ ਮੈਂ ਔਰ ਸੋਫੀ ਜਿਹੜੇ ਹੈਗੇ ਇੱਥੇ ਆਏ ਸੀਗੇ ਐਂਡ ਸਾਨੂੰ ਇਹ ਲੱਗਦਾ ਹੈ ਕਿ ਸਾਨੂੰ ਆਈਸੋਲੇਸ਼ਨ ਬਹੁਤ ਜਿਹੜਾ ਪਿਛਲੇ ਦਿਨਾਂ 'ਚ ਕਾਫੀ ਲੋਕ ਵਹਿਮ ਕਰਦੇ ਹੈ ਐਪੀਐਕਸ਼ਨ ਕਰਦੇ ਕਿ ਰਾਜਿੰਦਰ ਹੋਸਪਿਟਲ 'ਚ ਕੋਈ ਇਸ਼ੂ ਹੈ ਅੱਜ ਅਸੀਂ ਪਰਸਨਲੀ ਹਰ ਇੱਕ ਵਾਰਡ 'ਚ ਜਾ ਕੇ ਆਏ ਹਰ ਇੱਕ ਮਰੀਜ਼ਾਂ ਦੇ ਕੋਲ ਜਾ ਕੇ ਆਏ ਕੋਸ਼ਿਸ਼ ਇਹ ਕੀਤੀ ਕਿ ਲੋਕਾਂ ਦੇ ਨਾਲ ਜਿਹੜਾ ਹੈਗਾ ਇੱਕ ਵਾਰ ਕੰਟੈਕਟ ਕਰੀਏ ਕਨੈਕਟ ਕਰੀਏ ਜਿਸ ਤਰ੍ਹਾਂ ਦੀ ਗੱਲ ਚੱਲ ਰਹੀ ਹੈ ਸੋਸ਼ਲ ਮੀਡੀਆ 'ਚ ਮੈਂ ਫਿਰ ਤੁਹਾਡੇ ਮਾਧਿਅਮ 'ਤੇ ਲੋਕਾਂ ਨੂੰ ਇਹੀ ਅਪੀਲ ਕਰਦਾ ਆਪਣਾ ਟੈਸਟ ਟਾਈਮ ਨਾਲ ਜ਼ਰੂਰ ਕਰਾਓ ਡਿਟੈਕਟ ਕਰੋ ਬਟ ਰਾਜਿੰਦਰ ਹੋਸਪਿਟਲ 'ਚ ਜਿਹੜੀ ਗੱਲ ਵਾਰ ਵਾਰ ਚੱਲਦੀ ਹੈ ਉਹ ਸਰਾਸਰ ਗਲਤ ਹੈ ਜੀ ਡਾਕਟਰਸ ਵੀ ਜਾ ਰਹੇ ਨੇ ਉੱਪਰ ਸਾਫ਼ ਸਫਾਈ ਦਾ ਵੀ ਪ੍ਰਬੰਧ ਸੀਗਾ ਅਸੀਂ ਖੁਦ ਪਰਸਨਲੀ ਦੇਖ ਕੇ ਆਏ ਨੇ ਕਈ ਮਰੀਜ਼ਾਂ ਦੇ ਨਾਲ ਜਿਹੜੇ ਜੋ ਬੈਠੇ ਸੀਗੇ ਜੋ ਥੋੜ੍ਹੇ ਕੌਨਸ਼ੀਅਸ ਸੀਗੇ ਉਹਨਾਂ ਦੇ ਨਾਲ ਗੱਲਬਾਤ ਵੀ ਕੀਤੀ ਉਹਨਾਂ ਦਾ ਫੀਡਬੈਕ ਵੀ ਲਿਆ ਅਤੇ ਮੈਂ ਆਸ਼ਾ ਕਰਦਾ ਕਿ ਜਿੰਨੇ ਵੀ ਮਰੀਜ਼ ਹੈਗੇ ਆਪਣੇ ਘਰ ਪਹੁੰਚਣ ਬਟ ਯੈਸ ਕਾਫੀ ਮਰੀਜ਼ ਕ੍ਰਿਟੀਕਲ ਨੇ ਬਿਕੋਜ਼ ਦੂਰੋਂ ਦੂਰੋਂ ਆਏ ਕਈ ਮਰੀਜ਼ ਤੋਂ ਮੈਂ ਦੇਖਿਆ ਕਿ ਆਹ ਹਰਿਦੁਆਰ ਜਾਂ ਦੇਹਰਾਦੂਨ ਤੋਂ ਵੀ ਆਏ ਹੋਏ ਉਹਨਾਂ ਦਾ ਸੈਚੂਰੇਸ਼ਨ ਕਾਫੀ ਡੁੱਬ ਹੈਗਾ ਫਿਰ ਵੀ ਡਾਕਟਰਸ ਪਰਸਨਲੀ ਉਹਨਾਂ ਨੂੰ ਆਪਣਾ ਸਮਝ ਕੇ ਜਿਹੜਾ ਉਹਨਾਂ ਦੀ ਟ੍ਰੀਟਮੈਂਟ ਕੀਤੀ ਜਾ ਰਹੀ ਹੈ ਮੈਂ ਫਿਰ ਵੀ ਸੰਜੀਵ ਮਲਿਕ ਨੂੰ ਵੀ ਕਹਾਂਗਾ ਉਹ ਵੀ ਤੁਹਾਡੇ ਨਾਲ ਕੁਝ ਗੱਲਾਂ ਸਾਂਝੀ ਕਰਨਾ ਚਾਹੁੰਦਾ ਹਾਂ ਕੀਤਾ ਜਾਂਦਾ ਹੈ ਅਸੀਂ ਲੋਕਾਂ ਨੂੰ ਕਹਿੰਦੇ ਹਾਂ ਕਿ ਤੁਸੀਂ ਆਪਣੇ ਆਪ ਨੂੰ ਵੈਕਸੀਨੇਟ ਕਰਾਓ ਅਤੇ ਟਾਈਮਲੀ ਹੋਸਪਿਟਲ ਆਓ ਥੈਂਕ ਯੂ